ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਦੋ ਕਲਰਾਂ ਦਾ ਡਿਜ਼ਾਈਨ ਆਪਾਂ ਇੱਕ ਕਲਰ ਵਿੱਚ ਵੀ ਬਣਾ ਸਕਦੇ ਆ ਦੋ ਵਿੱਚ ਵੀ ਬਣਾ ਸਕਦੇ ਆ ਡਿਜ਼ਾਈਨ ਬਣਦਾ ਜੀ ਇਸ ਤਰ੍ਹਾਂ ਜੇ ਆਪਾਂ ਨੇ ਇੱਕ ਕਲਰ ਚ ਬਣਾਉਣਾ ਤਾਂ ਇਸ ਤਰ੍ਹਾਂ ਬਣਾ ਲਓ ਜੇ ਆਪਾਂ ਨੇ ਦੋ ਕਲਰ ਪਾਉਣੇ ਆ ਜਾਂ ਤਿੰਨ ਪਾਉਣੇ ਆ ਤਾਂ ਇਸ ਤਰ੍ਹਾਂ ਬਣਾ ਲਓ ਮੈਂ ਇਹ ਤੁਹਾਨੂੰ ਦੋ ਕਲਰਾਂ ਚ ਪਾ ਕੇ ਦਿਖਾਉਂਗੀ ਜੀ ਆਪਾਂ ਇਹਦੇ ਚ ਵੱਧ ਕਲਰ ਵੀ ਪਾ ਸਕਦੇ ਆ ਜਿਵੇਂ ਕਿ ਆਪਾਂ ਨੇ ਜਿਹੜੀ ਬਚੀ ਹੋਈ ਉਹਨੂੰ ਹੁੰਦੀ ਆ ਆਪਣੀ ਜਿਹੜਾ ਕਲਰ ਆਪਣੇ ਕੋਲ ਜ਼ਿਆਦਾ ਹੈ ਉਹ ਆਪਾਂ ਹਰ ਇੱਕ ਰੰਗ ਦੇ ਵਿੱਚ ਪਾਈ ਜਾਓ ਜਿਵੇਂ ਆਹ ਮੈਂ ਕਰੀਮ ਪਾਇਆ ਇਹਦੇ ਬਾਅਦ ਰੈੱਡ ਪਾਇਆ ਫਿਰ ਕਰੀਮ ਪਾਇਆ ਫਿਰ ਇੱਥੇ ਹੋਰ ਰੰਗ ਪਾ ਕੇ ਫਿਰ ਕਰੀਮ ਪਾ ਕੇ ਇਸ ਤਰ੍ਹਾਂ ਵੀ ਆਪਾਂ ਬਣਾ ਸਕਦੇ ਆ ਬਣ ਕੇ ਇਹ ਬਹੁਤ ਵਧੀਆ ਲੱਗਦਾ ਹੈ ਇਹਨੂੰ ਬਣਾਉਣ ਵਾਸਤੇ 2-2 ਦੇ ਹਿਸਾਬ ਨਾਲ ਕੁੰਡੇ ਪਾਉਣੇ ਆ ਜੀ ਜਦ ਵੀ ਆਪਾਂ ਨੇ ਧਾਗਾ ਬਦਲੀ ਕਰਨਾ ਸਿੱਧੇ ਪਾਸੇ ਤੋਂ ਬਦਲੀ ਕਰਨਾ ਆਪਾਂ ਨੇ ਆ ਦੇਖੋ ਜਿਵੇਂ ਹੁਣ ਇਹ ਮੈਂ ਲਾਲ ਕਲਰ ਦਾ ਪਾਇਆ ਵਾ ਹੁਣ ਮੈਂ ਕਰੀਮ ਦਾ ਪਾਉਂਗੀ ਪਹਿਲਾ ਕੁੰਡਾ ਆਪਾਂ ਨੇ ਇਸ ਤਰ੍ਹਾਂ ਸਿੱਧਾ ਹੀ ਬੁਣ ਲੈਣਾ ਉਸ ਤੋਂ ਅਗਲੇ ਕੁੰਡੇ ਤੇ ਆਪਾਂ ਨੇ ਇਸ ਤਰ੍ਹਾਂ ਦੋ ਬਲ ਮਾਰਨੇ ਆ ਫੇਰ ਉਸ ਤੋਂ ਅਗਲੇ ਕੁੰਡੇ ਤੇ ਇਸ ਤਰ੍ਹਾਂ ਦੋ ਬਾਲ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਹੀ ਦੋ ਦੋ ਬਾਲ ਮਾਰ ਕੇ ਪੂਰੀ ਕਰ ਲੈਣੇ ਆ 2-2 ਦੇ ਹਿਸਾਬ ਨਾਲ ਕੁੰਡੇ ਪਾਉਣੇ ਆ ਜੀ ਇੱਕ ਕੁੰਡਾ ਆਪਣਾ ਜਦੋਂ ਆਪਾਂ ਨੇ ਸਲਾਈ ਸ਼ੁਰੂ ਕਰਦਿਆਂ ਉਦੋਂ ਸਿੱਧਾ ਬਣਾ ਲੈਣਾ ਇੱਕ ਆਪਣਾ ਅਖੀਰ ਵਿੱਚ ਸਿੱਧਾ ਕੁੰਡਾ ਰਹਿ ਜਾਣਾ ਆ ਦੇਖੋ ਜੇ ਅਖੀਰ ਤੇ ਬਣਾ ਇੱਕ ਕੁੰਡਾ ਜਿਹੜਾ ਸਿੱਧਾ ਰਹਿ ਗਿਆ ਇਹਨੂੰ ਆਪਾਂ ਨੇ ਇਸ ਤਰ੍ਹਾਂ ਹੀ ਬੁਣ ਲੈਣਾ ਇਹਨੂੰ ਆਪਾਂ ਨੇ ਬਲ ਨਹੀਂ ਮਾਰਨਾ ਪੂਰੀ ਸਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾ ਲਈ ਹੁਣ ਆਪਾਂ ਆ ਗਏ ਉਲਟੀ ਸਲਾਈ ਤੇ ਉਲਟੀ ਸਲਾਈ ਵੀ ਆਪਾਂ ਨੇ ਜਿਹੜੀ ਪਾਉਣੀ ਆ ਜੀ ਸਿੱਧੇ ਵਾਂਗੂੰ ਹੀ ਪਾਉਣੀ ਜਿਵੇਂ ਆਪਾਂ ਸਿੱਧਾ ਬੁਣਦੇ ਆ ਪਹਿਲਾ ਕੁੰਡਾ ਆਪਾਂ ਸਿੱਧਾ ਬੁਣਿਆ ਫੇਰ ਆਪਾਂ ਨੇ ਇਸ ਤਰ੍ਹਾਂ ਦੋ ਕੁੰਡੇ ਇਸ ਤਰ੍ਹਾਂ ਢੇੜੇ ਇਧਰ ਵਾਲੀ ਸਲਾਈ 'ਚ ਪਾ ਲੇ ਇਹਨੂੰ ਇਸ ਮੂਰਲੇ ਕੁੰਡੇ ਨੂੰ ਨਹੀਂ ਬੁਣਨਾ ਇਸ ਤੋਂ ਅਗਲੇ ਨੂੰ ਇਹਦੇ ਵਿੱਚ ਦੀ ਕੱਢ ਕੇ ਇਸ ਤਰ੍ਹਾਂ ਸਿੱਧਾ ਬੁਣਨਾ ਐ ਐਸਟਾ ਸਿੱਧਾ ਫੁਣ ਕੇ ਇਹਨੂੰ ਆਪਾਂ ਕੱਢ ਦੇਣਾ ਤਾਂ ਜਿਹੜਾ ਉੱਤੇ ਅਗਲਾ ਉਹਨੂੰ ਵੀ ਆਪਾਂ ਨੇ ਸਿੱਧਾ ਫੁਣ ਲੈਣਾ ਫੇਰ ਆਪਾਂ ਨੇ ਦੋ ਕੁੰਡੇ ਦੇਣਨੇ ਆ ਛੇਰਾ ਇੱਕ ਕੁੰਡਾ ਜਿਹੜਾ ਮੂਹਰ ਲੈ ਇਹਨੂੰ ਛੱਡ ਕੇ ਇਹਦੇ ਵਿੱਚ ਦੀ ਇਸ ਤਰ੍ਹਾਂ ਕੱਢ ਕੇ ਸਿੱਧਾ ਕੁੰਡਾ ਫੁਣਨਾ ਆਪਾਂ ਇਹਨੂੰ ਕੱਢ ਦੇਣਾ ਤੇ ਉਸ ਤੋਂ ਅਗਲੇ ਨੂੰ ਵੀ ਆਪਾਂ ਸਿੱਧਾ ਫੁਣ ਲੈਣਾ ਇੱਧਰ ਛੋਟੇ-ਛੋਟੇ ਦੇਖੋ ਹਾਰਟ ਡਿਜ਼ਾਈਨ ਬਣਦਾ ਹੈ ਇਸ ਤਰ੍ਹਾਂ ਇਹ ਆਪਣੇ ਦੋ ਦੋ ਕੁੰਡੇ ਢੇੜਦੇ ਜਾਣਾ ਵਿਚ ਦੀ ਕੁੰਡਾ ਕੱਢ ਕੇ ਸਿੱਧੇ ਕੁੰਡੇ ਬੁਣਦੇ ਜਾਣਾ ਦੋ ਸਲਾਈਆਂ ਦਾ ਹੀ ਆਪਣਾ ਡਿਜ਼ਾਈਨ ਹੈ ਜੀ ਇਹ। ਕਲਰ ਆਪਾਂ ਇਹਦੇ 'ਚ ਆਪਣੀ ਮਰਜ਼ੀ ਦੇ ਮੁਤਾਬਕ ਜਿੰਨੇ ਮਰਜ਼ੀ ਪਾ ਸਕਦੇ ਆ। ਜਿਹੜੀਆਂ ਆਪਣੀਆਂ ਥੋੜੀਆਂ-ਥੋੜੀਆਂ ਬਚੀਆਂ ਹੋਈਆਂ ਉਹਨਾਂ ਹੁੰਦੀਆਂ ਉਹ ਸਾਰੀਆਂ ਆਪਣੇ ਕੰਮ ਆ ਜਾਣੀਆਂ। ਬੱਚਿਆਂ ਵਾਸਤੇ ਫੈਂਸੀ ਕੋਟੀ, ਜੈਕਟ ਆਪਾਂ ਕੁਝ ਵੀ ਬਣਾ ਸਕਦੇ ਆ। ਘੀਰ ਵਿੱਚ ਇੱਕ ਗੁੰਡਾ ਆਪਣਾ ਫੇਰ ਰਹਿ ਗਿਆ ਕਿ ਖਾਲੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਭਰ ਲੈਣਾ ਦੇਖੋ ਜੀ ਇਸ ਤਰ੍ਹਾਂ ਕਿੰਨੇ ਵਧੀਆ ਲੱਗਦੇ ਆ ਇਹ ਬਣ ਕੇ ਹੁਣ ਆਪਾਂ ਨੇ ਲਾਉਣਾ ਅਗਲਾ ਕਲਰ ਜਿਹੜਾ ਵੀ ਆਪਾਂ ਲਾਉਣਾ ਉਹ ਮੈਂ ਇਹਦੇ ਚ ਲਾਉਂਗੀ ਰੈੱਡ ਫਿਰ ਆਪਾਂ ਨੇ ਉਸ ਤਰ੍ਹਾਂ ਹੀ ਇੱਕ ਕੁੰਡਾ ਪਹਿਲਾਂ ਸਿੱਧਾ ਬਾਕੀ ਸਾਰੇ ਕੁੰਡਿਆਂ ਨੂੰ ਉਸ ਤਰ੍ਹਾਂ ਹੀ ਆਪਾਂ ਨੇ ਮਾਰਨੇ ਆ ਬਲ ਪੂਰੀ ਸਲਾਈ ਵਿੱਚ ਇੱਕ ਕੁੰਡਾ ਪਿੱਛੇ ਛੱਡ ਕੇ ਇਹਹੀ ਦੋ ਸਲਾਈਆਂ ਨੂੰ ਆਪਾਂ ਨੇ ਬਾਰ ਬਾਰ ਰਿਪੀਟ ਕਰਦੇ ਜਾਣਾ ਆਪਣਾ ਡਿਜ਼ਾਈਨ ਬਣ ਕੇ ਹੋਈ ਜਾਣਾ ਜੀ ਤਿਆਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਲਾਇਕ ਕਮੈਂਟ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਵੀਡੀਓ ਨੂੰ ਅਖੀਰ ਵਿੱਚ ਇੱਕ ਕੁੰਡਾ ਆਪਣਾ ਫੇਰ ਆਪਾਂ ਨੇ ਇਸ ਤਰ੍ਹਾਂ ਹੀ ਬੁਣ ਲੈਣਾ ਪਲੇ ਨੇ ਸਿੱਧੀ ਸਲਾਈ ਨੂੰ ਆਪਾਂ ਨੇ ਸਿਰਫ ਬਲੇ ਮਾਰਨੇ ਦਾ ਡਿਜ਼ਾਈਨ ਹੋ ਆਪਣਾ ਉਲਟੇ ਪਾਸੇ ਤੋਂ ਹੀ ਬਣਨਾ ਹੈ ਉਲਟੀ ਸਲਾਈ ਤੇ ਵੀ ਇਸ ਤਰ੍ਹਾਂ ਹੀ ਪਹਿਲਾ ਕੁੰਡਾ ਆਪਾਂ ਨੇ ਸਿੱਧਾ ਬੁਣ ਲੈਣਾ ਉਸ ਤੋਂ ਅਗਲੇ ਆਪਾਂ ਨੇ ਦੋ ਇਹ ਦੇੜ ਲੈਣੇ ਆਇ ਕੁੰਡੇ ਦੇ ਵਿੱਚ ਦੀ ਐ ਗੱਡ ਲੈਣਾ ਇਹਨੂੰ ਇਸ ਤਰ੍ਹਾਂ ਇਨੂੰ ਆਪਾਂ ਕੱਢ ਦੇਣਾ ਤੇ ਦੂਜਾ ਆਪਾਂ ਨੇ ਫੇਰ ਸਿੱਧਾ ਹੀ ਮੋੜ ਲੈਣਾ ਇਹੜਿਆ ਇਹ ਦੋਨੇ ਤਰ੍ਹਾਂ ਨਾਲ ਵਧੀਆ ਲੱਗਦਾ ਜੀ ਭਾਵੇਂ ਇੱਕ ਕਲਰ ਚ ਪਾ ਲਓ ਦੋ ਚ ਪਾ ਲਓ ਜਾਂ ਫਿਰ ਤਿੰਨ ਚਾਰ ਕਲਰਾਂ ਚ ਪਾ ਲਓ ਜਿਵੇਂ ਆਪਣੇ ਕੋਲ ਉਨ ਹੈਗੀ ਐ ਅਖੀਰ ਵਿੱਚ ਆ ਗਿਆ ਜੀ ਆਪਣਾ ਇੱਕ ਪੁੰਡਾ ਫੇਰ ਮਾ ਦੇਖੋ ਜੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜੇ ਇੱਕ ਕਲਰ ਚ ਬਣਾਉਣਾ ਤਾਂ ਇਸ ਤਰ੍ਹਾਂ ਦੋ ਕਲਰਾਂ ਵਿੱਚ ਇਹ ਇਸ ਤਰ੍ਹਾਂ ਲੱਗਦਾ ਬਣ ਕੇ ਕੋ ਕਿੰਨਾ ਪਿਆਰਾ ਲੱਗਦਾ ਇਹ ਡਿਜ਼ਾਈਨ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ